ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੋਡੀਐ, ਹੋਏ ਇੱਕ ਮਨ ਅਲੱਖ ਧਿਆਈਐ, ਫਲ ਤਵੇਹੋ ਪਾਈਐ, ਜਵੇਹੀ ਕਾਰ ਕਮਾਈਐ, ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਹ ਦੀ ਪਾਈਐ, ਮਤ ਥੋੜ੍ਹੀ ਸੇਵ ਗਵਾਈਐ, ਸਾਖੀ ਨੰਦ ਚੰਦ ਦੀ ਇੱਕ ਨੰਦ ਚੰਦ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਜੀ ਦਾ ਮੁਸਾਹਿਬ ਸੀ। ਇਸ ਨੂੰ ਇੱਕ ਉਦਾਸੀ ਮਹਾਤਮਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖ ਕਰਕੇ ਮਹਾਰਾਜ ਜੀ ਦੇ ਦਸਖਤ ਪਵਾਉਣ ਵਾਸਤੇ ਦਿੱਤੀ। ਉਸ ਵਕਤ ਤਾਂ ਇਸ ਨੇ ਕਿਹਾ ਕਿ ਮੈਂ ਦਸਤਕ ਪਵਾ ਦੇਵਾਂਗਾ। ਜਦ ਉਹ ਦੇ ਕੇ ਫਿਰ ਵਾਪਸ ਪਤਾ ਲੈਣ ਵਾਸਤੇ ਆਇਆ ਤਾਂ ਨੰਦ ਚੰਦ ਨੇ ਟਾਲ ਟੂਲ ਦਿੱਤਾ, ਕਿਉਂਕਿ ਉਸ ਬੀੜ ਦੇ ਸੋਹਣੇ ਅੱਖਰ ਦੇਖ ਕੇ ਨੰਦ ਚੰਦ ਦਾ ਮਨ ਬੇਈਮਾਨ ਹੋ ਗਿਆ ਸੀ। ਇਸੀ ਤਰ੍ਹਾਂ ਉਹ ਤਿੰਨ ਵਾਰ ਫਿਰ ਆਇਆ, ਪਰ ਨੰਦ ਚੰਦ ਟਾਲ ਦਿਆ ਕਰੇ। ਪੰਜਵੀਂ ਵਾਰ ਉਹ ਆਇਆ ਤਾਂ ਸਾਫ ਹੀ ਮੁੱਕਰ ਗਿਆ ਕਿ ਤੂੰ ਤਾਂ ਮੈਨੂੰ ਕੋਈ ਵੀੜ ਨਹੀਂ ਦਿੱਤੀ। ਇਸ ਵੇਲੇ ਉਸ ਨੇ ਸਤਿਗੁਰਾਂ ਨੂੰ ਮਿਲਣਾ ਚਾਹਿਆ, ਪਰ ਮਿਲ ਨਾ ਸਕਿਆ, ਕਿਉਂਕਿ ਨੰਦ ਚੰਦ ਨੇ ਸਭ ਦਰਵਾਂਚੀਆਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਇਸ ਮਹਾਤਮਾ ਨੂੰ ਅੰਦਰ ਨਾ ਆਉਣ ਦੇਣਾ। ਇੱਕ ਸਮੇਂ ਉਸ ਨੂੰ ਬਾਹਰ ਉਜਾੜ ਵਿੱਚ ਸਤਿਗੁਰ ਗੋਬਿੰਦ ਸਿੰਘ ਜੀ ਸ਼ਿਕਾਰ ਖੇਡਦੇ ਮਿਲ ਪਏ। ਉਸ ਵਕਤ ਸਾਧੂ ਨੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਾਹਿਤ ਬੇਨਤੀ ਪ੍ਰਾਰਥਨਾ ਕੀਤੀ, ਹੈ ਪ੍ਰਭੂ ਜੀ, ਆਪ ਦੇ ਹਸਤ ਕਮਲਾਂ ਦੇ ਦਸਤਕ ਪਾਉਣ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੈਂ ਆਪ ਦੇ ਮੁਸਾਹਿਬ ਨੂੰ ਦਿੱਤੀ ਸੀ, ਹੁਣ ਉਹ ਵਾਪਸ ਨਹੀਂ ਦਿੰਦਾ, ਆਪ ਕਿਰਪਾ ਕਰਕੇ ਉਹ ਬੀੜ ਮੈਨੂੰ ਵਾਪਸ ਦਵਾ ਦਿਓ। ਇਹ ਗੱਲ ਸੁਣ ਕੇ ਕਲਗੀਧਰ ਜੀ ਆਪਣੇ ਮੰਦਰਾਂ ਵਿਖੇ ਆ ਗਏ ਅਤੇ ਇਸ ਵੇਲੇ ਨੰਦ ਚੰਦ ਨੂੰ ਪੁੱਛਿਆ ਕਿ ਉਹ ਉਦਾਸ ਹੀਨ ਮਹਾਤਮਾ ਜੋ ਤੈਨੂੰ ਬੀੜ ਦੇ ਗਏ ਸਨ, ਉਹ ਕਿੱਥੇ ਹੈ। ਉਸ ਵੇਲੇ ਉਹ ਸਾਫ ਹੀ ਮੁੱਕਰ ਗਿਆ ਕਿ ਨਾ ਇਹ ਬੀੜ ਮੈਨੂੰ ਦੇ ਕੇ ਗਏ ਨਾ ਅਤੇ ਨਾ ਹੀ ਮੇਰੇ ਪਾਸ ਹੈ, ਨਾ ਹੀ ਮੈਂ ਇਸ ਨੂੰ ਜਾਣਦਾ ਹਾਂ। ਉਸ ਵਕਤ ਉਹ ਨੰਦ ਚੰਦ ਡਰਦਾ ਮਾਰਾ ਰਾਤੋ ਰਾਤ ਬੀੜ ਲੈ ਕੇ ਨਿਕਲ ਗਿਆ ਅਤੇ ਕਰਤਾਰਪੁਰ ਆ ਗਿਆ। ਜਦ ਧੀਰ ਮੱਲ ਨੇ ਸੁਣਿਆ, ਉਸੀ ਵਕਤ ਉਸਨੂੰ ਗੋਲੀ ਨਾਲ ਮਰਵਾ ਦਿੱਤਾ। ਹੁਣ ਉਹ ਬੀੜ ਡਰੋਲੀ ਵਿਖੇ ਬਿਰਾਜਮਾਨ ਹੈ। ਉਸ ਦਾ ਜੋ ਸੰਪੂਰਨ ਪਾਠ ਕਰਕੇ ਭੋਗ ਪਾਉਂਦਾ ਹੈ ਉਹ ਅੰਨਾ ਹੋ ਜਾਂਦਾ ਹੈ। ਹੁਣ ਵਿਚਾਰ ਕੇ ਦੇਖੋ, ਦੁਸ਼ਮਤੀ ਕਰਕੇ ਨੰਦ ਚੰਦ ਨੇ ਦਸਵੇਂ ਪਾਤਸ਼ਾਹ ਜੀ ਦਾ ਫਰਮਾਨ ਨਾ ਮੰਨਿਆ ਅਤੇ ਬੀੜ ਲੁਕਾ ਕੇ ਰੱਖੀ ਅਤੇ ਅਗਲੀ ਜਿਹੜੀ ਸੇਵਾ ਕੀਤੀ ਹੋਈ ਸੀ ਉਹ ਵੀ ਸਭ ਨੇ ਸਫਲ ਗਵਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।